जी की हाल चाल है सारे दे उम्मीद करते हैं सारे वधिया होने आ। तो अज आप लैके आए थोड़े लिए नवा ब्लॉग तो चले आप एम्सटरडैम हॉलैंड नीदरलैंड भी कह जाता वैसे जिन्हों आ बंदे अपन तार नहीं आया इन्होंने नहीं जाना है दुख नहीं हो रहा भी चल रहा है ग्रीन पास कढ़ाना पैना ग्रीन पास तो बिना हुण कित्थे जा हुंदा है ग्रीन पास कढ़ाना है पहला बाहर खड़े आ गेटिंग कोई चुप कर दिया तो आप मैंने ब्लॉग बना लैन दे बाबे जहाज तो बह गए आप पर अपनी पहला जहाज रियान एयर सी वो जहाज ही खराब हो गया तो हम आप प्लेन चेंज किया गा हम माल्टा एयर आ तो जहाज चेंज करन दे चक्कर च मैनू तो जैसा सीट भी कट्ठे नहीं मिली सीट भी अड्डा अड्डा हुण ओके ओके आ ही गए मैं टाइम तो पहले ही आ गए आप बस बस लभ के चलिए थोड़े 100 किलोमीटर गाह जाना आपां घंटा डेढ़ घंटा 100 किलोमीटर कढ़न नूं घंटा चल फिर बस का पता कर दिया बाबे अधे घंटे लैन तो बाद फाइनली सानू बस मिल गई अडोबन स्टेशन चले हाँ तो उतो लवेंगे आप एम्सटरडैम की टिकट तो इतों अडोबन स्टेशन की मिलती जी एम्सटरडैम की उत्थे जाके मिलेगी तो सू दिखाने अगे अगे व्यू कह रही है घंटा क लगना है एम्सटरडैम सेंट्रल पहुँचने तो उत्थे दिखाने थोनों ट्रेन बड़ा खज्जल जहाँ नहीं होना पे मिल गई छेती हो तो पर बबे एक गल आ ट्रेन बड़ी महंगी है इतनी बई यूरो की टिकट आ सिर्फ घंटे का रास्ता है इटली होंगे इटली 7 यूरो की होनी फर्क तो है महंगी है तो हम खाने पीने लेता आप ਕੋ ਖਾਈਏ ਵੀ ਭੁੱਖ ਵੀ ਬਹੁਤ ਲੱਗੀ ਐ ਸਵੇਰ ਦਾ ਨਹੀਂ ਖਾਦਾ ਕਹਿੰਦੇ ਬਾਬਿਓ ਕਿੱਥੇ ਆ ਗਏ ਤੁਹਾਡਾ ਹੁਣ ਦਾ ਜਮਾ ਹੀ ਹੱਕ ਨਹੀਂ ਉੱਥੇ ਹੀ ਆ ਗਏ ਪਹੁੰਚ ਗਏ ਬਾਬਿਓ ਆਪਾਂ ਐਮਸਟਰਡੈਮ ਤੇ ਹੁਣ ਦੇਖਦੇ ਤੋਂ ਬੱਸ ਫੜਨੀ ਆਪਾਂ ਹੋਟਲ ਨੂੰ ਸਾਨੂੰ ਤਾਂ ਬੱਸ ਹੀ ਨਹੀਂ ਪਤਾ ਲੱਗ ਰਿਹਾ ਕਿੱਥੋਂ ਜਾਣੀ ਆ ਬੜਾ ਜਿਹਾ ਦੇਖਦੇ ਆ ਹੁਣ ਦੇਖਦੇ ਆ ਇੱਥੇ ਬੱਸ ਲੱਭਦੇ ਆ ਜਾਣਕਾਰੀ ਲੈਣੇ ਆ ਓਏ ਜੋ ਇੱਥੇ ਠੰਡ ਤੇ ਉਹ ਠੰਡੇ ਲੱਗਦੀ ਉਹ ਮੜਾ ਬੰਦਾ ਦਿਖਾ ਮੜਾ ਜਿਹੜਾ ਅੱਧੀਆਂ ਮਾਂ ਦੀ ਪਾਈ ਬੈਠਾ ਹੋਵੇ ਇੱਥੇ ਸਾਡੇ ਕੋਟਾਂ ਦੇ ਸਾਡੇ ਗੁਲਫੀ ਜਾਵਾਂਗੀ ਉਹ ਅੱਧੀਆਂ ਮਾਂ ਦੀ ਪਾਈ ਬੈਠਾ ਪਿੱਛੇ ਉਹ ਪੱਟੂ ਸੈੱਟ ਹੋਣਾ ਭਾਂਗਰਾ ਇੱਥੇ ਤੁਹਾਨੂੰ ਇੱਕ ਗੱਲ ਦਾ ਪਤਾ ਹੋਊਗਾ ਇੱਥੇ ਕਹਿੰਦੇ ਭੰਗ ਤੇ ਇੱਕੋ ਦੂਜਾ ਲੀਗਲ ਆ ਸਾਰਾ ਕੁਝ ਲੀਗਲ ਆ ਇੱਥੇ ਭੰਗ ਭੁੰਗ ਤੇ ਇੱਕੋ ਦੂਜਾ ਅੱਛਾ ਲੀਗਲ ਆ ਲੱਛਾ ਲੀਗਲ ਆ ਮਤਲਬ ਵੀ ਨਸ਼ੇੜੀਆਂ ਨੂੰ ਪ੍ਰਮੋਟ ਕਰਦਾ ਇਹਦੇ ਇੱਥੇ ਆ ਸਕਦੇ ਨਸ਼ੇੜੀ ਇੱਥੇ ਆ ਸਕਦੇ ਆ ਤੇ ਚਲੋ ਹੁਣ ਹੋਟਲ ਦਾ ਚੱਲਦੇ ਆ ਬੱਸ ਬੁੱਸ ਲੱਭਦੇ ਆ ਕਿੱਥੋਂ ਮਿਲਦੀ ਆ ਬਾਬੇ ਉਹ ਸਿਰੇ ਹੀ ਲੱਗਿਆ ਪਿਆ ਓਏ ਕੈਨੇਡਾ ਯਾਰ ਹੈ ਨਾ ਡਿਫਰੈਂਟ ਜਿਹਾ ਹੈ ਥੋੜਾ ਮਤਲਬ ਹੋਰਾਂ ਕੰਟਰੀਆਂ ਨਾਲੋਂ ਸਾਫ ਸੁਥਰਾ ਜ਼ਿਆਦਾ ਹੈ ਪਰ ਹਜੇ ਸਾਡੀ ਜੱਦੋ ਜਹਿਦ ਜਾਰੀ ਆ ਸਟੇਜ ਹੋਟਲ ਜਾਣ ਦੀ ਹੋਟਲ ਤੱਕ ਜਾਣ ਦਾ ਕੁਝ ਨਹੀਂ ਪਤਾ ਲੱਗ ਰਿਹਾ ਵੀ ਕਿਵੇਂ ਜਾਣਾ ਮੈਨੂੰ ਤੁਰ ਕੇ ਜਾਣਾ ਪੈ ਜਾਣਾ ਖੰਡ ਬਾਬੇ ਫੁੱਲ 6 ਕਿਲੋਮੀਟਰ ਇਥੋਂ ਸਾਨੂੰ ਨਾ ਕੋਈ ਬੱਸ ਪਤਾ ਲੱਗ ਰਹੀ ਹੋਟਲ ਤੱਕ ਜਾਣ ਦੀ ਨਾ ਕੋਈ ਟ੍ਰੇਨ ਮਿਲ ਰਹੀ ਆ ਮੈਨੂੰ ਤੁਰ ਕੇ ਚੱਲੀਏ ਫਿਰ ਤੁਰ ਕੇ ਜਾਣਾ ਪੈਣਾ ਚਾਰ ਹਣਾ ਪਹੁੰਚਾਂਗੇ ਅੱਜ ਹੋਟਲ ਕਿ ਨਹੀਂ ਪਹੁੰਚਾਂਗੇ ਤੁਰ ਕੇ ਪਹੁੰਚਾਂਗੇ ਹੁਣ ਬੱਸਾਂ ਵੀ ਫੜ ਲੀਆਂ ਟ੍ਰੇਨਾਂ ਵੀ ਫੜ ਲੀਆਂ ਬਾਬਿਓ ਬਿਲਡਿੰਗਾਂ ਦੇਖੋ ਜੀ ਪਹਿਲਾਂ ਸਿਰਾ ਸ਼ਹਿਰ ਤਾਂ ਬਾਬਿਓ देखो पहला बस फड़ी फिर ट्रेन फड़ी फिर ट्राम फड़ी फिर बस फड़ी हजे भी तुर के जाना पै रहा है घूमी जाने जीरो करी जाने बस जिथे चलते फिर आ जाने तुर के पहुंचा गे बस बार फिर कार्ड मुंडिया चोदा बहुत वादिया ला फिर लाइटा लुटा ला तू बल लाइटा लुटा चलाओ ਹਲੋ ਕਿਹੜੇ ਕਮਰੇ ਦੇ ਬਾਹਰ ਦਾ ਇੱਥੇ ਕਾਰਡ ਪਾਰ ਹੋ ਕਾਰਡ ਪਾ ਉਰੇ ਗਰੀਬ ਲੋਕੋ ਤਗੜੇ ਹੋਟਲਾਂ ਚ ਆ ਜਾਂਦੇ ਉਸ ਨੂੰ ਪਤਾ ਲੱਗਦਾ ਨਹੀਂ ਹੈਗਾ ਕੁਛ ਹਾਂ ਹੋ ਗਿਆ ਗਰੀਬ ਲੋਕ ਨਾ ਟੀਵੀ ਡੂ ਵੀ ਲੱਗਿਆ ਹੋਇਆ ਇੱਥੋਂ ਵਿਊ ਦਿਖਾਉਣ ਦੇ ਤੂੰ ਪਾਸੇ ਹੋ ਬਾਬੇ ਚੈੱਕ ਕਰੋ ਸਰਾਈਆ ਵਿਊ ਤਾਂ
ਆ ਦੇਖ ਹੁਣ ਇੱਥੇ ਆਏ ਐਮਸਟਰਡਮ ਘੁੰਮਣ ਟੋਰ ਨਾਲ ਆ ਕੇ ਸੌਂਕਾ ਕਹਿੰਦਾ ਸਾਡੇ ਪਰ ਅੱਜ ਕੇ ਘੁੰਮਣਾ ਕਹਿੰਦਾ ਕੱਲ ਨੂੰ ਘੁੰਮਣਾ ਮੈਂ ਥੋੜੀ ਜਿਹੀ ਨੈਪ ਲੈ ਰਿਹਾ ਸੀਗਾ ਥੋੜੀ ਜਿਹੀ ਏਦਾਂ ਮਤਲਬ ਥੋੜਾ ਜਿਹਾ ਨਾ ਮਤਲਬ ਰੈਸਟ ਜਿਹੀ ਲੈ ਰਿਹਾ ਸੀ ਉੱਠਦਾ ਹੁਣੀ ਉੱਠਣ ਲੱਗਾ ਬਸ बाबे आउटव्यू दिखाने अपने होटल का चेक करो होटल जमा टॉप से 13th फ्लोर से अपना कमरा गा निकलो सर मैं लभ रहा मैं ਕੋਈ ਨਹੀਂ ਨੇਰੇ ਜੀ ਅਜੇ ਸੈਂਟਰ ਓਏ ਆਜਾ ਬਾਰਬੂਰ ਦੇ ਬੰਨੇ ਯਾਰ ਕਾਫੀ ਕਾਫੀ ਪੀਣੇ ਮਾੜੀ ਮੋਟੀ ਗਰਮ ਜੀ ਹੋਈ ਹੈ ਚਲੋ ਬਾਬੇ ਪਹਿਲਾਂ ਫੇ ਬਾਰਬੂਰ ਦੇ ਬੈ ਕਾਫੇ ਪੀਏ ਫੇਰ ਦੇਖਾਂਗੇ ਆਪਾਂ ਟ੍ਰੇਨ ਟਰੂਨ ਕਿੱਥੋਂ ਫੜਨੀ ਹੈ ਗਰਮ ਹੋਈਏ ਪਹਿਲਾਂ ਗਰਮੀ ਘੱਟ ਚੱਲ ਫੇ ਬਾਬੇ ਉਹ ਪਹੁੰਚ ਗਿਆ ਆਪਾਂ ਸੈਂਟਰਲ ਸਟੇਸ਼ਨ ਤੇ ਦੇਖੋ ਕਿਨਾ ਚੈੱਕ ਕਰੋ ਸੈਂਟਰਲ ਸਟੇਸ਼ਨ ਮੀਂਹ ਕੰਮ ਖਰਾਬ ਕਰਦਾ ਨਾ ਮੈਂ ਤਾਂ ਮੀਂਹ ਪਈ ਜਾਂਦਾ ਮਾੜਾ ਮਾੜਾ ਜਿਹਾ ਪਰ ਜ਼ਿਆਦਾ ਨਾ ਪਵੇ ਰਾਤ ਨੂੰ ਜੇ ਘੱਟ मेन लगे दिवाली सेलिब्रेट कर दीवे जे लाए पे होंगे बस तू जुटी यार दीव्या जंगू बनाई हुई लाइटा मेहनत करते हैं पैसे पुसे इतने ब्लॉग बनाने मैं ब्लॉग बनाने अपने न्यारे लिए आने पर देखा करो कि लग रहा है भाजपा भी प्लीज पूरा देखो जी बड़े लाइव चो बाहर निकले हो तो देख भी लो चज का देख ही रहे हैं तू केएफसी चल यार भूख लगी है मैनू वीरे तेरे पीछे की लिखा है केएफसी की करना ऑर्डर बकेट हटदा नहीं फिर अज केएफसी मैनू बकेट खवावे यार बाबे बीबी ने बेइज्जती करती मेरी यार वाली कराई है तू बीबी कहंदी रहण दो कहंदी चंगी गल थोड़ी है देगा दस बंदे पता नहीं तू इत मशहूर आ चर्च है रौनक बहुत आना रात नूं इत्थे बहुत ज्यादा इटली नाल तां बहुत ज्यादा रौनक शहरां च निम्मो जाने खड़ी होए आया हो कोई मेरे वर्गा वीआईपी बंदा घूमण इत्थे बाजार भीड़ भड़का गलिया दुकाना वैसे वधिया भी लग रहा है दूजे कंट्री च रहने इंडिया हटिया फिर कट लिया फोन स्टोरी से स्टोरी स्टोरी से स्टोरी स्टोरी नहीं ओदा मैं देख रहा हाँ ये डिनर च वधिया मतलब रात में तो वधिया है दिन थोड़ा डिफरेंट भाई भी आ बाबे आ गए इतना रेड लाइट चेक करो ओ बस कर तू
बार्स बहुत मशहूर आ, क्लब बहुत मशहूर है इत्थे दे, ते मैनी थिंक मोर दैट्स आर फेमस बट वी कैन शो ऑन यूट्यूब बिकॉज ऑफ 18 प्लस कंटेंट। तेरी अंग्रेजी, यू कैन सी बाय सर्चिंग अदर यूट्यूब चैनल व्हाट इज फेमस ओवर हियर। बाकी इत्थे बार ते क्लब तो बहुत मशहूर ही ने इत्थे दे, कैनल्स जा रही हैं बचाल दी, मतलब टॉप क्लास एरिया पूरा। रात नूं जिन्ना मर्जी पै जाए, कल दिने धुप चढ़ जाए, बस आपां साइकल चलाउणा। लो वी मित्रो आ गए आपां रूम च वापस। आ देखो बंदे हुण सर लट गए मेरे, 13 किलोमीटर तुरना पिया दिहाड़ी दा, 13 13 किलोमीटर मैं सारे कहते आही ब्रिज दिखी जाते भी तंग हो गए, कहते एवरीवेयर सेम फकिंग ब्रिज, कहते एवरीवेयर पहला देखने वादिया लगते हैं, पर हम यही इको जी ब्रिज देख देख के सड़क तो आए साइकल स्टोरिया बहुत पाते होंगे, बहुत रीलां पैंदियां ने, पहुंच चुके हैं म्यूजियम मूहरे। की नाम है रुक्स म्यूजियम, मशहूर म्यूजियम है इत्थे दा। देखो ये म्यूजियम तुसी कैड़ा यार ना है, गल्लबात है म्यूजियम दी, गल्लबात जानकारी रखा करो साहब तुसी, पूरी पूरी है वीरे, पूरी आ बत्ती रेड आ, निंगणा नहीं हैगा आपां। आपां फ्रंट साइड आ गए, पहला बैक साइड उतरे सीगे आराम चो, ते हुण देखो इत्थे इकट्ठे बहुत आ, अपनी स्केटिंग करके सनोई आनी स्केटिंग करना ट्राई स्केटिंग पहले तो बड़ा कहने गिरना ही इत ਉਦਾਂ ਕੋਈ ਗੱਲ ਨਹੀਂ, ਉਹਦੇ 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 ਉਹ ਮੋਟਾ ਵੱਜਿਆ ਉਹਦਾ, ਉਹ ਦੇਖ ਲਟਿਆ ਕਰਦਾ ਓਏ, ਅਬੇ ਐਦਾਂ ਫੁਗਰੀ ਜੀ ਭੋੜਦਾ ਦੇਖ ਉਹਨੇ, ਅੱਧੇ ਪਾਣੀ ਪਾਈ ਜਾਂਦਾ ਹਜੇ ਵੀ ਨਹੀਂ ਤੋ ਤਰਿਆ ਯਾਰ, ਹਜੇ ਉਹੀ ਤਾਂ ਹੈ, ਐਦਾਂ ਥੋੜੀ ਹੁੰਦਾ ਯਾਰ, ਜੇ ਨਹੀਂ ਕਰਨੀ ਹੁੰਦੀ ਪੰਗਾ ਹੀ ਲੈਣਾ ਚਾਹੀਦਾ ਵੀਰੇ, ਤੂੰ ਤਾਂ ਆਪ ਕਹਿੰਦੀ ਮੈਂ ਲੈਣਾ ਪੰਗਾ, ਹੋਰਾ ਵੀ ਨਹੀਂ ਆਉਂਦੇ 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 ਨਹੀਂ ਨਾ ਉਹਦੀ ਯਾਰ, ਉਹਦਾ ਗੋਲੀ ਮੰਗ ਜਾ ਰਹੇ ਨੇ ਬਾਬੇ, ਮਾੜੀ ਹੋ ਗਈ ਆਪਣੇ ਨਾਲ ਤਾਂ ਯਾਰ, तीन म्यूजियम इत्थे कोले कोले ही ने, चलो यार हुण कोई खा पी लईए सवेर दे
ਕਲੀ ਕਾਫੀ ਪੀਤੀ ਹੋਈ ਹੈ ਨਾਲ ਮਾੜਾ ਆ ਕਿੱਥੇ ਆ ਗਏ ਕਿਹੜੀ ਮੁੰਡੇ ਹਾਰਡ ਰੌਕ ਚ ਹਾਰਡ ਰੌਕ ਚ ਆ ਗਏ ਹਾਰਡ ਰੌਕ ਚ ਹਾਰਡ ਰੌਕ ਚ ਸਰਾਈਆ ਯਾਰ ਜੀ ਬੈਕਗ੍ਰਾਉਂਡ ਦੇਖੋ ਪਿੱਛੇ ਜਿਵਿਆ ਮੰਗਾਇਆ ਸਮਾਨ ਖਾਣੇ ਪੀਣੇ ਆ ਕੇ ਫਿਰ ਦਾਦਿਆਂ ਅਮਰੀਕਨ ਫੇਮਸ ਰੈਸਟੋਰੈਂਟ ਹੈ चाकू फड़ाए पाया उत्ते मारे पाया बर्गर ने खाला बाबियो आने रेड लाइट डिस्ट्रिक्ट दी गलियां अज बंद हो चुकी ने कहिंदे नीदरलैंड दे विच लॉकडाउन लग गया गा 8 बजे तो बाद रात नूं सारा कुछ बंद नहीं इत्थे रौनक मेला बथेरा हुंदा सी ये गलियां दे विच रेड लाइट दियां च पर चलो लॉकडाउन हो गया असीं देख लिया पर चलो असीं कल देख लिया सीगा अज लॉकडाउन हो गया चलो कोई चक्कर नहीं जसन कहे जी फीलिंग आ रही है तैनूं अज जमा ही बेकार इत्थे नहीं किन्ना रौनक मेला हुंदा गा इन्नी मशहूर टूरिस्ट प्लेस है इत्थे दी पर अज कुछ भी नहीं असि भी सोचे यार को असि भी सोचे भी कट का तो नहीं हैगा पर सानू की पता सी वे सारा कुछ बंद है देख तू पुलिस भी साइकलां ते इत्थे साइकलां ते आ वीरे और इत्थे गड्डी किथे पड़ूगी पुलिस भी साइकलां ते इन्ना ये शहर साइकल फेमस शहर है कि पुलिस वाले भी साइकल लेई फिर रहे ने इत्थे बाबे आ फ्रेंच फ्राइज का कौन जहा लता है इतने भीड़ लगी देख के असी ने इतने लिखा हुआ वोटर नंबर वन हॉलैंड फ्राइज गलबात भी हैगी आप सौसा ना नॉर्मल पवा लिया सौसा करके मशहूर है भीड़ बहुत असि भीड़ देख के लेते हल्के स्वाद ट्राई जरूर करो जेड़ा भी इतने आता बंदा ਕਹਿੰਦੇ ਪੈਕਿੰਗਾਂ ਚੱਲ ਰਹੀਆਂ ਨੇ ਪੈਕਿੰਗਾਂ ਘਰਾਂ ਨੂੰ ਚਾਲੇ ਪਾ ਲਏ ਨੇ ਅੱਜ ਆਪਾਂ ਚੱਲਦੇ ਆ ਹੁਣ ਘਰਾਂ ਨੂੰ ਸਵੇਰ ਦੇ 8 ਵਜੇ ਆ ਤੁਰਨ ਲੱਗੇ ਆਪਾਂ 12 ਵਜੇ ਦੀ ਫਲੈਟ ਆ ਆਪਣੀ 12 ਵਜੇ ਫਲੈਟ ਆ 2 ਵਜੇ ਲੱਗ ਜਾਣਾ ਆਪਾਂ ਬਹਿਰਗਮੋਂ ਬੈਕ ਟੂ ਹੋਮ ਤੇ ਮਿਲਦੇ ਆ ਤੁਹਾਨੂੰ ਉੱਥੇ ਜਾ ਕੇ ਮਿਲਾਂਗੇ ਆਪਾਂ ਉੱਥੇ ਜਾ ਕੇ ਤੇ ਮੇਕ ਸ਼ੋਰ ਜਿਨ੍ਹਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਬਸਕ੍ਰਾਈਬ ਕਰ ਲੈ ਤੇ ਇਹ ਵਲੌਗ ਦੇ ਵਿੱਚ ਆਪਾਂ ਸਾਰਾ ਦਿਖਾਇਆ ਸੀਗਾ ਐਮਸਟਰਡਮ ਦਾ ਏਰੀਆ ਤੇ ਇੱਕ ਆਪਾਂ ਇਦੋਂ ਬਾਅਦ ਹੋਰ ਵਲੌਗ ਪਾਵਾਂਗੇ ਜਿਹਦੇ ਵਿੱਚ ਆਪਾਂ ਥੋੜਾ ਬਹੁਤ ਐਮਸਟਰਡਮ ਵੀ ਦਿਖਾਇਆਗਾ ਤੇ ਇੱਕ ਜੈਂਸ ਸਕੈਨਸ ਗਏ ਸੀਗੇ ਅਸੀਂ ਉਹ ਜਗ੍ਹਾ ਵੀ ਦਿਖਾਈ ਸੀ ਉਹ ਵੀ ਬਹੁਤ ਸੋਹਣੀ ਆ ਦੂਜੇ ਵਲੌਗ ਦੀ ਵੇਟ ਕਰਿਓ ਤੇ ਦੇਖਿਓ ਚੈਨਲ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਕਮੈਂਟ ਕਰ ਦਿਓ ਓਕੇ ਬਾਏ।